ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਤਵੰਤ ਕੌਰ ਦੀ ਅਗਵਾਈ ਵਿੱਚ ਸੈਂਕੜੇ ਆਂਗਣਵਾੜੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਨ ਦੇ ਗ੍ਰਹਿ ਅਰਬਨ ਸਟੇਟ ਫਗਵਾੜਾ ਵਿਖੇ ਇੱਕ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਗਈ ਕਿ 14 ਲੱਖ ਆਂਗਣਵਾੜੀ ਕੇਂਦਰਾਂ ਵਿੱਚ ਲਗਭਗ 27 ਲੱਖ ਆਂਗਣਵਾੜੀ ਵਰਕਰਾਂ ਅਤੇ ਹੈਲਪਰ 8 ਕਰੋੜ ਬੱਚਿਆਂ ਅਤੇ 2 ਕਰੋੜ ਮਹਿਲਾਵਾਂ ਨੂੰ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕਰ ਰਹੇ ਨੇ। ਪਰ ਬੜੇ ਹੀ ਸ਼ਰਮ ਦੀ ਗੱਲ ਹੈ ਕਿ ਜ਼ਮੀਨੀ ਪੱਧਰ 'ਤੇ ਇਹਨਾਂ ਵਰਕਰਾਂ ਅਤੇ ਉਹਨਾਂ ਦੀਆਂ ਸੇਵਾਵਾਂ ਨੂੰ ਕੰਮ ਵਜੋਂ ਮਾਨਤਾ ਨਹੀਂ ਦਿੱਤੀ ਜਾਂਦੀ ਅਤੇ ਉਹਨਾਂ ਨੂੰ ਮਾਣ ਪਤਾ ਆਧਾਰਿਤ ਸਵੈ ਸੇਵੀ ਸੇਵਾਵਾਂ ਹੀ ਕਿਹਾ ਜਾਂਦਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰੈਸ ਕਲੱਬ ਪੂਨਮ ਰਾਣੀ ਨੇ ਦੱਸਿਆ ਕਿ ਆਂਗਣਵਾੜੀ ਵਰਕਰ ਨੂੰ ਘਰ ਘਰ ਸੇਵਾ ਕਰਨ ਦੇ ਬਦਲੇ ਪ੍ਰਤੀ ਵਰਕਰ 4500 ਰੁਪਏ ਅਤੇ 2200 ਰੁਪਿਆ ਹੈਲਪਰਾਂ ਨੂੰ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ, ਜੋ ਕਿ ਬਹੁਤ ਹੀ ਘੱਟ ਹੈ। ਉਹਨਾਂ ਦੱਸਿਆ ਕਿ ਬਿਨਾਂ ਕਿਸੇ ਰਿਟਾਇਰਮੈਂਟ ਲਾਭ ਜਾਂ ਪੈਨਸ਼ਨ ਦੇ ਜ਼ਬਰਦਸਤੀ ਰਿਟਾਇਰ ਕਰ ਦਿੱਤਾ ਜਾਂਦਾ ਹੈ। ਉਹਨਾਂ ਮੰਗ ਕੀਤੀ ਕਿ ਭਾਰਤ ਸਰਕਾਰ ICDS ਲਈ ਬਜਟ ਅਲਾਟਮੈਂਟ ਵਿੱਚ ਵਾਧਾ ਕਰੇ ਤਾਂ ਜੋ ਇਸ ਨੂੰ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਵਰ ਕਰਨ ਲਈ ਢੁਕਵੇਂ ਬੁਨਿਆਦੀ ਢਾਂਚੇ ਅਤੇ ਗੁਣਵੱਤਾ ਭਰਪੂਰ ਪੋਸ਼ਣ ਅਤੇ ਹੋਰ ਸੇਵਾਵਾਂ ਨਾਲ ਟਿਕਾਊ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਅਗਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਸ ਦਾ ਜਵਾਬ 2024 ਮਹਾਂਪੜਾਅ ਵਿੱਚ ਦਿੱਤਾ ਜਾਵੇਗਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ। ਮੇਰਾ ਨਾਮ ਪੂਨਮ ਹੈ ਅਤੇ ਮੈਂ ਜ਼ਿਲ੍ਹਾ ਪ੍ਰੈਸ ਸਕੱਤਰ। ਅਸੀਂ ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ CITU ਵੱਲੋਂ ਜਿਹੜੇ ਆ ਲਗਾਤਾਰ ਜਿਹੜੇ ਇੱਕ ਸੈਂਟਰ ਕਮੇਟੀ ਤੋਂ ਜਿਹੜਾ ਫੈਸਲਾ ਹੋਇਆ ਸੀ ਵੀ 23 ਦਸੰਬਰ ਤੋਂ ਲੈ ਕੇ ਜਿਹੜੇ 30 ਦਸੰਬਰ ਤੱਕ ਜਿੰਨੇ ਵੀ ਹਲਕੇ ਦੇ MPs ਨੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾਣੇ ਸੀ ਅਤੇ ਅਸੀਂ ਇਸ ਉਮੀਦ ਨਾਲ ਮੰਗ ਪੱਤਰ ਦਿੱਤੇ ਨੇ ਕਿ ਉਹ ਸਾਡੇ ਵਕੀਲ ਬਣ ਕੇ ਸਾਡੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਸੰਸਦ ਵਿੱਚ ਜਿਹੜੀ ਸਾਡੀ ਆਵਾਜ਼ ਨੂੰ ਬੁਲੰਦ ਕਰਨਗੇ, ਕਿਉਂਕਿ ਲਗਾਤਾਰ ਹੀ ਜਿਹੜੀ ਆ ਜਿਉਂ ਜਿਉਂ ਮਹਿੰਗਾਈ ਦੇ ਵਿੱਚ ਵਾਧਾ ਹੁੰਦਾ ਹੈ ਉਵੇਂ ਉਵੇਂ ਜਿਹੜੀ ਆ ਬਜਟ ਦੇ ਵਿੱਚ ਵੀ ICDS ਦੇ ਬਜਟ ਵਿੱਚ ਵੀ ਲਗਾਤਾਰ ਤੋਂ ਕਟੌਤੀ ਆ ਰਹੀ ਹੈ। ਜਿਹੜਾ ICDS ਦਾ ਬਜਟ 90-10 ਦੀ ਰੇਸ਼ੋ ਨਾਲ ਚੱਲਿਆ ਸੀ, ਅੱਜ ਉਹ 60-40 ਦੀ ਰੇਸ਼ੋ ਨਾਲ ਰਹਿ ਗਿਆ ਵੀ ਜਿਹੜੀ 60% ਆ ਉਹ ਸੈਂਟਰ ਸਰਕਾਰ ਦਿੰਦੀ ਹੈ ਅਤੇ 40% ਜਿਹੜਾ ਆ ਉਹ ਸਟੇਟ ਸਰਕਾਰ ਦਿੰਦੀ ਆ। ਇਸ ਗੱਲ ਤੋਂ ਅਸੀਂ ਨਹੀਂ ਜਾਣਦੇ ਕਿ 40% ਦਾ ਜਿਹੜਾ ਬੋਝ ਆ ਸਟੇਟ ਸਰਕਾਰ ਦੇ ਉੱਪਰ ਆਉਣ ਦੇ ਕਰਕੇ ਜਿਹੜਾ ਇਸ ਵਾਰ ਸਭ ਤੋਂ ਜਿਹੜੀ ਗੰਦੀ ਫੀਡ ਆ ਸਾਨੂੰ ਮਾਰਕ ਫੈਡ ਵੱਲੋਂ ਜਿਹੜੀ ਆ ਸਪਲਾਈ ਕੀਤੀ ਗਈ ਆ। ਸਾਡੇ ਕੋਲ ਸਭ ਤੋਂ ਛੋਟੇ ਬੱਚੇ, ਪ੍ਰੈਗਨੈਂਟ ਮਦਰ ਅਤੇ ਨਰਸਿੰਗ ਮਦਰ ਆਉਂਦੀਆਂ ਨੇ, ਕਿਉਂਕਿ ਜਿਹੜੇ ਛੋਟੇ ਬੱਚੇ ਨੇ ਉਹ ਦੇਸ਼ ਦਾ ਆਉਣ ਵਾਲਾ ਭਵਿੱਖ ਨੇ ਅਤੇ ਭਵਿੱਖ ਦੇ ਨਾਲ ਜਿਹੜਾ ਆ ਉਹ ਖਿਲਵਾੜ ਹੋ ਰਿਹਾ ਆ। ਜਿਹੜੀ ਫੀਡ ਦੀ ਲਗਾਤਾਰ ਕਟੌਤੀ ਹੋ ਰਹੀ ਆ, ਜਿਹੜੀ ਫੀਡ ਦੀ ਜਿਹੜੀ ਮਿਆਦ ਸੀ ਉਹਦੇ ਵਿੱਚ ਲਗਾਤਾਰ ਕਟੌਤੀ ਹੋ ਰਹੀ ਆ ਅਤੇ ਜਿਹੜੀ ਸਾਡੀ ਤਨਖਾਹ ਆ ਉਹ 2018 ਤੋਂ ਬਾਅਦ ਸੈਂਟਰ ਨੇ ਉਹਦੇ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਅਤੇ ਅਸੀਂ ਅੱਜ ਮੰਤਰੀ ਸਾਹਿਬ ਨੇ ਸਾਨੂੰ ਭਰੋਸਾ ਦਵਾਇਆ ਕਿ ਤੁਹਾਡੀ ਜਿਹੜੀ ਆਵਾਜ਼ ਨੂੰ ਮੈਂ ਸੰਸਦ ਵਿੱਚ ਰੱਖਾਂਗਾ ਅਤੇ ਤੁਹਾਡੀ ਜਿੰਨੀਆਂ ਮੁਸ਼ਕਲਾਂ ਨੇ ਉਹ ਮੈਂ ਸਮ੍ਰਿਤੀ ਇਰਾਨੀ ਜੀ ਨਾਲ ਵੀ ਗੱਲ ਕਰਾਂਗਾ। ਅਤੇ ਅੱਜ ਦਾ ਸਾਡਾ ਸਿਰਫ ਮੋਟਿਵ ਸਿਰਫ ਇੱਕ ਸਰਕਾਰ ਨੂੰ ਅਲਟੀਮੇਟਮ ਦੇਣਾ ਸੀ ਮੰਗ ਪੱਤਰ ਦੇ ਕੇ, ਜੇ ਸਾਡੀ ਆਵਾਜ਼ ਨੂੰ ਅੱਗੇ ਨਹੀਂ ਪਹੁੰਚਾਇਆ ਗਿਆ ਜਾਂ ਸਾਡੀ ਗੱਲ ਸੰਸਦ ਵਿੱਚ ਨਹੀਂ ਕੀਤੀ ਗਈ ਤਾਂ ਜਨਵਰੀ ਦੇ ਵਿੱਚ ਅਸੀਂ ਮਹਾਂਪੜਾਅ ਕਰਕੇ ਜਿੰਨੇ MPs ਨੇ ਉਹਨਾਂ ਦੇ ਘਰਾਂ ਦਾ ਅਸੀਂ ਘਿਰਾਓ ਕਰਾਂਗੇ। ਹਾਂਜੀ ਸਰ, ਸਾਡੀਆਂ ਕਾਫੀ ਦੇਰ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ, ਜਿਵੇਂ ਕਿ ਸਾਡੀ ਜਿਹੜੀ ਫੀਡ ਦੀ ਸਪਲਾਈ ਆ ਉਹ ਚੰਗੀ ਨਹੀਂ ਹੋ ਰਹੀ, 3-6 ਸਾਲ ਦੇ ਬੱਚੇ ਜਿਹੜੇ ਆ ਉਹ ਸਾਡੇ ਵਾਪਸ ਨਹੀਂ ਸਾਨੂੰ ਮਿਲ ਰਹੇ ਅਤੇ ਸਾਡੀ ਜਿਹੜੀ ਸਾਡਾ ਮਾਨ ਭੱਤਾ ਆ ਉਹ ਵੀ ਸਾਡਾ ਰੈਗੂਲਰ ਨਹੀਂ ਹੋ ਰਿਹਾ। ਜਦੋਂ ਅਸੀਂ ਸੰਘਰਸ਼ ਕਰਦੇ ਹਾਂ ਕੋਈ ਵੱਡਾ ਧਰਨਾ ਲਾ ਦੇਈਦਾ ਆ ਅਤੇ ਸਾਡਾ ਜਿਹੜਾ ਭੱਤਾ ਸਾਨੂੰ ਪੈ ਜਾਂਦਾ ਆ, ਜਦੋਂ ਅਸੀਂ ਕੁਝ ਸਮੇਂ ਲਈ ਬੈਠ ਜਾਈਦਾ ਤਾਂ ਫਿਰ ਸਾਨੂੰ ਜਿਹੜਾ ਮਾਨ ਭੱਤਾ ਮਿਲਦਾ ਆ ਉਹ ਵੀ ਨਹੀਂ ਮਿਲਦਾ। ਅਤੇ ਜਿਹੜਾ ਅੱਜ ਮੰਗ ਪੱਤਰ ਮੰਤਰੀ ਸਾਹਿਬ ਨੂੰ ਦਿੱਤਾ? ਹਾਂਜੀ, ਅਸੀਂ ਸਰ ਅੱਜ ਮੰਗ ਪੱਤਰ ਦਿੱਤਾ, ਇਹਦੇ ਵਿੱਚ ਉਹਨਾਂ ਨੂੰ ਅਸੀਂ ਦੁਬਾਰਾ ਰਿਮਾਇੰਡ ਕਰਾਇਆ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਪੈਨਸ਼ਨ ਅਤੇ ਗ੍ਰੈਜੂਟੀ ਵਾਲੀ ਮੇਨ ਮੰਗ ਆ, 3-6 ਸਾਲ ਦੇ ਬੱਚੇ ਸਾਡੇ ਮੇਨ ਮੰਗ ਆ ਜਿਹਦੇ ਉੱਤੇ ਇਹ ਸਕੀਮ ਚੱਲਦੀ ਆ, ਬਈ ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਅਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ 116 ਮੰਗ ਪੱਤਰ ਦੇ ਰਹੇ ਹਾਂ, ਦੇ ਚੁੱਕੇ ਹਾਂ, ਪਰ ਇੰਨੇ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅਤੇ ਕੀ ਭਰੋਸਾ ਦਵਾਇਆ ਮੰਤਰੀ ਸਾਹਿਬ ਨੇ ਅੱਜ? ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਪਿਛਲੇ 2004 ਦੇ ਵਿੱਚ ਮੈਂ ਤੁਹਾਡਾ ਡਾਕਟਰ ਮੰਤਰੀ ਵੀ ਰਿਹਾ ਹਾਂ ਅਤੇ ਮੈਂ ਤੁਹਾਡੇ ਸਾਰੇ ਪ੍ਰੋਬਲਮਾਂ ਬਾਰੇ ਜਾਣਦਾ ਹਾਂ ਅਤੇ ਮੈਂ ਹੁਣ MP ਵੀ ਹਾਂ ਅਤੇ MLA ਵੀ ਹਾਂ, ਸੰਸਦ ਮੈਂਬਰ ਹਾਂ ਅਤੇ ਮੈਂ ਤੁਹਾਡੀਆਂ ਮੰਗਾਂ ਵੱਲ ਖਾਸ ਧਿਆਨ ਦੇਵਾਂਗਾ ਅਤੇ ਉੱਥੇ ਸੰਸਦ ਦੇ ਵਿੱਚ ਤੁਹਾਡੀ ਮੰਗ ਵੀ ਰੱਖੂੰਗਾ।